ਤੁਹਾਨੂੰ ਦਿਖਾਉਂਦੇ ਆ ਕਿਸਾਨਾਂ ਦੀ ਪਰੇਸ਼ਾਨੀ। ਪੰਜਾਬ 'ਚ ਬੇਮੌਸਮੀ ਬਾਰਿਸ਼ ਕਰਕੇ ਕਣਕ ਦੀ ਫਸਲ ਨੁਕਸਾਨੀ ਗਈ ਹੈ ਤੇ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਬਣਿਆ ਖਰਾਬ ਮੌਸਮ ਦਾ ਖਦਸ਼ਾ ਹੋਰ ਜ਼ਿਆਦਾ ਡਰਾ ਰਿਹਾ ਹੈ। ਖੇਤਾਂ 'ਚ ਖਿਲਰੀ ਸੋਨੇ ਵਰਗੀ ਕਣਕ ਦੀ ਫਸਲ ਬੇਮੌਸਮੀ ਬਾਰਿਸ਼ ਦੇ ਕਹਿਰ ਦਾ ਸ਼ਿਕਾਰ ਹੋ ਰਹੀ ਹੈ। ਬਾਰਿਸ਼ ਦੇ ਤੇਜ਼ ਹਵਾਵਾਂ ਨਾਲ ਵਿੱਚ ਚੁੱਕੀ ਕਣਕ ਦੀ ਇਸ ਫਸਲ ਨੂੰ ਵੇਖ ਕਿਸਾਨ ਮਾਯੂਸ ਨੇ। ਉਪਰੋਂ ਮੌਸਮ ਦਾ ਮਿਜਾਜ ਕਿਸਾਨਾਂ ਨੂੰ ਹੋਰ ਡਰਾ ਰਿਹਾ ਹੈ ਤੇ ਜੇ ਹੋਰ ਬਾਰਿਸ਼ ਹੋਈ ਤਾਂ ਇੱਕ ਪਾਸੇ ਜਿੱਥੇ ਕਰੀਬ ਪੱਕ ਚੁੱਕੀ ਇਸ ਫਸਲ ਬਰਬਾਦ ਹੋ ਜਾਏਗੀ, ਉੱਪਰ ਜੋ ਬਚੇਗੀ ਉਸ ਦੀ ਕਟਾਈ ਵਿੱਚ ਦੇਰੀ ਹੋਣ ਨਾਲ ਬਚੀ ਖੁਚੀ ਉਮੀਦ ਵੀ ਧੁੰਦਲੀ ਪੈ ਸਕਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੀਂਹ ਦੀ ਹਫ਼ਤਾ ਲੇਟ ਹੋ ਗਈ ਹੈ, ਜਿਸ ਦੇ ਨਾਲ ਇੱਥੇ ਫਸਲ ਦਾ ਝਾੜ ਘਟੇਗਾ, ਉੱਥੇ ਹੀ ਫਸਲ ਨੂੰ ਵੇਚਣ ਤੇ ਵੀ ਮੁਸ਼ਕਲ ਆਵੇਗੀ। ਇਹਦਾ ਨੁਕਸਾਨ ਬਹੁਤ ਜ਼ਿਆਦਾ, ਕਣਕ ਡਿੱਗ ਪਈ, 5-7 ਮਣ ਕਿੱਲੇ ਦਾ ਘਾਟਾ ਪਊਗਾ ਅਤੇ ਬੱਦਲਬਾਈ ਦਾ ਬਹੁਤ ਜ਼ਿਆਦਾ ਨੁਕਸਾਨ ਆ। ਕਣਕ ਦੇਖੋ ਕਿਵੇਂ ਡਿੱਗੀ ਪਈ ਆ, ਵੀ ਇਹਦੇ ਨਾਲ ਭਾਅ ਜੀ ਜਿਹੜਾ ਮੀਂਹ ਪੈ ਰਿਹਾ ਇਹਦੇ ਨਾਲ ਬਹੁਤ ਨੁਕਸਾਨ ਹੋ ਰਿਹਾ ਕਣਕ ਦਾ, ਕਿਉਂਕਿ ਹੁਣ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈਗੀ। ਇਹਦੇ ਨਾਲ ਜੇਕਰ ਮੀਂਹ ਪੈਂਦਾ ਰਿਹਾ ਤਾਂ ਫਸਲ ਦਾ ਬਹੁਤ ਨੁਕਸਾਨ ਹੋ ਜਾਣਾ ਗਾ। ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਨੂੰ ਜਿੱਥੇ ਸਰਕਾਰੀ ਨੀਤੀਆਂ ਅਤੇ ਫਸਲਾਂ ਦੇ ਘੱਟ ਰੇਟ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਉੱਥੇ ਕੁਦਰਤੀ ਮਾਰ ਨੇ ਕਿਸਾਨਾਂ ਦੀ ਮੁਸ਼ਕਲ ਹੋਰ ਵਧਾ ਦਿੱਤੀ ਹੈ। ਪੰਜਾਬ ਦੇ ਕਿਸਾਨਾਂ ਦੀ ਫਿਕਰਯੋਗ ਹਾਲਤ ਨੂੰ ਦੇਖਦੇ ਹੋਏ ਸਰਕਾਰ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਜ਼ਰੂਰਤ ਹੈ। ਜੀਵਨ ਰਾਮਗੜ੍ਹ, ਜ਼ੀ ਮੀਡੀਆ, ਬਰਨਾਲਾ। ਕੁਦਰਤ ਦੀ ਬੇਪਰਵਾਹੀ ਤੋਂ ਬਾਅਦ ਗੱਲ ਕਰਦੇ ਹਾਂ ਪ੍ਰਸ਼ਾਸਨਿਕ ਲਾਪਰਵਾਹੀ ਦੀ। ਸਿਰਸਾ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਸਿਰਸਾ ਦੇ ਹਸਪਤਾਲ ਤੋਂ ਇੱਕ ਮਰੀਜ਼ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਮਰੀਜ਼ ਦਰਦ ਨਾਲ ਕੁਰਲਾ ਰਿਹਾ ਪਰ ਕੋਈ ਵੀ ਡਾਕਟਰ ਜਾਂ ਨਰਸ ਉਸ ਦੀ ਮਦਦ ਲਈ ਸਾਹਮਣੇ ਨਹੀਂ ਆਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਹਰਕਤ 'ਚ ਆਇਆ। ਅੱਧੇ ਘੰਟੇ ਤੋਂ ਬੰਦਾ ਤੜਫੀ ਜਾਂਦਾ ਹੈਗਾ, ਆਪੇ ਵਿਚਾਰਾ ਬਾਹਰ ਚੱਲਾ ਗਲੂਕੋਸ ਹੱਥ 'ਚ ਲਾ ਕੇ। ਇਹ ਹਾਲ ਹੋ ਰਿਹਾ ਸਰਸੇ ਦਾ। ਉਹ ਰੋਂਦਾ ਰਿਹਾ, ਦਰਦ ਨਾਲ ਤੜਫਦਾ ਰਿਹਾ, ਪਰ ਨਾ ਤਾਂ ਕਿਸੇ ਨਰਸ ਤੇ ਨਾ ਹੀ ਹਸਪਤਾਲ ਦੇ ਕਿਸੇ ਡਾਕਟਰ ਨੇ ਇਸ ਮਰੀਜ਼ ਦੀ ਸੁੱਧ ਲੈਣ ਦੀ ਹਿੰਮਤ ਉਠਾਈ। ਹੁਣ ਭਲਾ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਕੀ ਕਹਿਣਗੇ ਮੁੱਖ ਮੰਤਰੀ ਲਾਲ, ਕੀ ਕਹਿਣਗੇ ਸਿਹਤ ਮੰਤਰੀ ਅਨਿਲ ਵਿਜ? ਸਿਹਤ ਸੇਵਾਵਾਂ ਨੂੰ ਸੁਧਾਰਨ ਤੇ ਸਾਰੇ ਦਾਅਵਿਆਂ ਅਤੇ ਵਾਅਦਿਆਂ ਦੀ ਇਹ ਤਸਵੀਰ ਪੋਲ ਖੋਲ ਰਹੀ ਹੈ। ਜਮਾ ਖਾਲੀ ਪਿਆ ਹੈ, ਇੱਥੇ ਕੋਈ ਸਟਾਫ ਨਹੀਂ, ਵਿਚਾਰਾ ਤੜਫੀ ਜਾਂਦਾ ਹੈ ਅੱਧੇ ਘੰਟੇ ਤੋਂ, ਕੋਈ ਡਾਕਟਰ ਨਹੀਂ ਹੈ ਇੱਥੇ, ਰੋਈ ਜਾਂਦਾ, ਲੇਕਿਨ ਇਹਨਾਂ ਨੂੰ ਕੋਈ ਡਾਕਟਰ ਨਹੀਂ ਹੈਗਾ ਮੌਕੇ ਤੇ। ਉਹ ਤਾਂ ਭਲਾ ਹੋਵੇ ਕਿਸੇ ਆਦਮੀ ਦਾ ਜਿਸ ਨੇ ਇਸ ਤੜਫਦੇ ਹੋਏ ਵਿਅਕਤੀ ਦੀ ਵੀਡੀਓ ਬਣਾ ਲਈ, ਨਹੀਂ ਤਾਂ ਪਤਾ ਹੀ ਨਹੀਂ ਚੱਲਦਾ ਕਿ ਸਿਰਸਾ ਦੇ ਇਸ ਹਸਪਤਾਲ 'ਚ ਮਰੀਜ਼ਾਂ ਨਾਲ ਅਜਿਹਾ ਸਲੂਕ ਵੀ ਹੁੰਦਾ ਹੈ। ਤਸਵੀਰਾਂ 'ਚ ਦਿਖਾਈ ਦੇ ਰਹੇ ਇਸ ਆਦਮੀ ਦੀ ਜੀਭ ਕੱਟ ਦਿੱਤੀ ਗਈ ਹੈ, ਉਹ ਦਰਦ ਨਾਲ ਕੁਰਲਾ ਰਿਹਾ ਸੀ, ਪਰ ਹਸਪਤਾਲ 'ਚ ਕਿਸੇ ਵੀ ਡਾਕਟਰ ਜਾਂ ਨਰਸ ਨੇ ਇਸ ਦੀਆਂ ਚੀਕਾਂ ਨਹੀਂ ਸੁਣੀਆਂ। कार्रवाई करनी चाहिए और हरियाणा सरकार को भी सख्त कार्रवाई करनी चाहिए। मैं अपने माध्यम से यही कहना चाहूँगा अनिल विज सर से कि इस जो प्रशासन द्वारा ये लापरवाही बढ़ती है उनको उचित कार्रवाई करी जाए। सिरसा दे इस हस्पताल च डॉक्टर किवें काम करदे ने उसका अंदाजा तो तुसी इन्हां तस्वीरां तों लगा सकदे हो। ये वीडियो वायरल हो चुका है। वीडियो वायरल होने ते हस्पताल प्रशासन हरकत च आया ते डिप्टी CMO ने मामले की सफाई दी है। ऐसा क्योंकि जो हमारी इंक्वायरी इस वक्त आई है उसके अंदर यही निकल के आया कि किसी की उसके अंदर कोई कोताही नहीं थी, क्योंकि पेशेंट को ट्रीटमेंट चल चुका था और पेशेंट अपनी रेफरल के लिए वेट कर रहा था, एम्बुलेंस आने के बाद उसको रेफर किया जाना था, उसी दौरान ये कोई वीडियो बनाया गया है। खैर, इस मामले च उच्च अधिकारियों ने ध्यान देते हुए ट्रामा सेंटर दियां सारियां 11 स्टाफ नर्सां नूं बदल दिता है। प्रशासन पूरे मामले की जांच जुटिया होया है, पर दर्द ना करलाउंदे इस मरीज की तस्वीर सारे सिस्टम तो चीक चीक के सवाल पूछ रही है कि आखिर उसका इलाज क्यों नहीं किया जा रहा सी? मोटी मोटी तनखा लैण वाले डॉक्टर आखिर क्यों इन्ना लापरवाह हो जाते ने? सिरसा तो विजय कुमार के नाल ब्यूरो रिपोर्ट, सी मीडिया।